सोने की देख वगैरह निकली है ये कि हकीकत है? हकीकत यही है कि उन्होंने वाकई छे फुट जमीन चो पुटिया। अस्सलाम वालेकुम नासरीन, मैं हूँ आपका मेज़बान शकील अहमद चिश्ती, आपकी खिदमत में हाजिर हूँ। आप देख रहे हैं डेली पब्लिक। नासरीन, मैं इस वक्त मौजूद हूँ नारंग मंडी से कुछ फासले पर। यहाँ पर एक गांव है शताबगढ़। नासरीन, यहाँ पर मेरी बैक साइड पे आप देख सकते हैं कि एक मंदिर है जो कि सदियों पुराना यहाँ पे मंदिर है। हमें इन्फॉर्मेशन मिली थी कि यहाँ पर कुछ लोग आए थे, 10 से 15 साल पहले की बात है कि इंडिया से लोग आए और यहाँ पे इस मंदिर के अंदर जो के सोने की देग थी वो निकाल कर यहाँ से लेकर गए थे। हम यहाँ पर आए हैं तहकीक करने के लिए कि आया कि ये सच है या झूठ है। इस हवाले से हम यहाँ के कुछ लोगों से बात करते हैं, उनसे जानते हैं कि ये कहाँ तक ये हकीकत है बात, और मज़ीद ये जानते हैं कि ये मंदिर कब से है और यहाँ का मतलब ये किसके अंडर है, गवर्नमेंट के अंडर है या किसके अंडर है, ये जानते हैं यहाँ के किसी लोगों से। अस्सलाम वालेकुम। वालेकुम अस्सलाम जी भाई, की हाल है? ठीक ठाक अल्हम्दुलिल्लाह, खैरियत है। अच्छा, इस पिंड का नाम की है? मीरोवाल। मीरोवाल है, शताबगढ़ अगे है। मीरोवाल ये गांव है, मीरोवाल गांव में हम मौजूद हैं। अच्छा, सानू इन्फॉर्मेशन मिली सी कि इत्थे एक मंदिर है बड़ा सदियां पुराना, ਇਹ ਕਦੋਂ ਦਾ ਮੰਦਰ ਹੈ ਤੇ ਤੁਸੀਂ ਮਤਲਬ ਹੈ ਇੱਥੇ ਪਿੰਡ ਦੇ? ਪਾਕਿਸਤਾਨ ਹਿੰਦੁਸਤਾਨ ਜਦੋਂ ਇਕੱਠਾ ਸੀ ਉਦੋਂ ਦਾ ਬਰੇਸਗੀਰ ਦੇ ਵੇਲੇ ਦਾ ਹੀ ਹੈ। ਅੱਛਾ, ਹਾਂ ਸਹੀ। ਇਹ ਬੜਾ ਪਿਆਰਾ ਬਣਿਆ ਸੀ ਜਦੋਂ ਬਾਬਰੀ ਮਸਜਿਦ ਸ਼ਹੀਦ ਕੀਤੀ ਹੈ ਨਾ। ਹਾਂਜੀ, ਫਿਰ ਸਾਡੇ ਮੁੰਡਿਆਂ ਨੇ ਇਹਨੂੰ ਹੀ ਫੜ ਕੇ ਢਾ ਦਿੱਤਾ, ਇਹ ਸਾਰਾ ਢਾ ਦੇਣ ਗਿਆ ਸੀ, ਆਖਿਆ ਚਲੋ ਬਾਰਿਸ਼ ਦੀ ਵਜ੍ਹਾ ਤੋਂ ਹੁਣ ਬੰਦਾ ਬੈਠ ਬੂੜ ਜਾਂਦਾ ਵਿੱਚ, ਤੇ ਇਸ ਲਈ ਇਹਨੂੰ ਨਹੀਂ ਢਾਇਆ। ਜਿਵੇਂ ਹੁਣ ਵੀ ਬਾਰਿਸ਼ ਦਾ ਮੌਸਮ ਹੈ, ਬਾਰਿਸ਼ ਆਏਗੀ ਤੇ ਬੰਦਾ ਅੰਦਰ ਸਕੂਨ ਨਾਲ ਬੈਠ ਜਾਂਦਾ, ਬਸ ਇੱਕ ਛੱਤ ਬਣੀ ਹੈ ਉਹਦੀ, ਹਾਂਜੀ, ਬੰਦਾ ਲੋਕ ਮੰਦਰ ਬਹਿ ਜਾਂਦਾ ਵਾ। ਬਿਲਕੁਲ। ਤੇ ਸੁਣਨ 'ਚ ਆਇਆ ਸੀ ਕਿ ਕੁਛ ਅਰਸਾ ਪਹਿਲੇ ਮਤਲਬ ਇਹਦੇ 'ਚ ਕੋਈ ਸੋਨੇ ਦੀ ਦੇਗ ਵਗੈਰਾ ਨਿਕਲੀ ਹੈ, ਇਹਦੇ 'ਚ ਕਿੰਨੀ ਹਕੀਕਤ ਹੈ? ਹਕੀਕਤ ਇਹੀ ਹੈ ਕਿ ਉਹਨਾਂ ਵਾਕਈ 5-5, 6-6 ਫੁੱਟ ਜ਼ਮੀਨ 'ਚੋਂ ਪੁੱਟਿਆ ਸੀ। ਅੱਛਾ, ਪਤਾ ਨਹੀਂ ਕੋਈ ਨਿਕਲਿਆ ਖੁਦਾ ਬਿਹਤਰ ਜਾਂਦਾ ਜਾਂ ਨਹੀਂ ਨਿਕਲਿਆ, ਇਹ ਉਹਨਾਂ ਨੂੰ ਹੀ ਪਤਾ ਹੈ। ਜੇ ਜੋ ਸਾਨੂੰ ਪਤਾ ਹੁੰਦਾ ਇੱਥੇ ਹੈ ਤੇ ਅਸੀਂ ਕਿਉਂ ਕਿ ਇਹਨੂੰ ਪੁੱਟਣ ਦਿੰਦੇ, ਆਪ ਪੁੱਟ ਲੈਣੀ ਸੀ। ਇਹ ਜਿਹੜੀ ਜ਼ਮੀਨ ਹੈ ਇਰਦ ਗਿਰਦ ਸਾਰੀ ਹੈ ਤੁਹਾਡੀ ਹੈ? ਹਾਂਜੀ, ਇਹ ਬ੍ਰਿਗੇਡੀਅਰ ਸਾਹਿਬ ਨੇ ਉਹਨਾਂ ਦੇ ਨਾਂ ਹੈ। ਅੱਛਾ, ਤੇ ਤੁਸੀਂ ਉਹਨਾਂ ਦੇ ਮਜ਼ਾਰੇ ਹੋ? ਮਜ਼ਾਰੇ ਹੋ, ਠੀਕ ਹੈ। ਮਤਲਬ ਉਹਨਾਂ ਦੇ ਜਿਹੜੀ ਜ਼ਮੀਨ ਦੇ ਵਿੱਚ ਮਤਲਬ ਇਹ ਮੌਜੂਦ ਹੈ ਤੇ ਇਹ ਇਸ ਟਾਈਮ ਤੁਹਾਡੇ ਅੰਡਰ ਹੈ, ਤੁਸੀਂ ਇਹਨੂੰ ਆਬਾਦ ਕੀਤੀ ਹੋਈ ਹੈ, ਠੀਕ ਹੈ। ਤੇ ਬਸ ਸਾਨੂੰ ਐਸੀ ਮਤਲਬ ਇਨਫੋਰਮੇਸ਼ਨ ਮਿਲੀ ਸੀ ਕਿ ਕਾਫੀ ਮਤਲਬ 10 ਤੋਂ 15 ਸਾਲ ਪਹਿਲੇ ਕੁਛ ਇੰਡੀਆ ਤੋਂ ਲੋਕ ਆਏ ਕਿਤੇ, ਇੱਥੋਂ ਆ ਕੇ ਉਹਨਾਂ ਨੇ ਮਤਲਬ ਖੁਦਾਈ ਕੀਤੀ ਤੇ ਸੋਨੇ ਦੀ ਦੇਗ ਰਾਤੋ ਰਾਤ ਕੱਢੀ ਹੈ ਉਹਨਾਂ ਨੇ। ਤੇ ਜੇ ਡਬਲ ਫਰਸ਼ ਸੀ ਵਾਕਈ ਖੁਦਾਈ ਕਰਕੇ ਉਹਨਾਂ ਪੁੱਟਿਆ, ਪਤਾ ਨਹੀਂ ਕੁਝ ਖੁਦਾ ਬਿਹਤਰ ਜਾਂਦਾ ਨਿਕਲਿਆ ਜਾਂ ਨਹੀਂ। ਖੁਦਾਈ ਹੋ ਗਈ ਸੀ, ਖੁਦਾਈ ਹੋਈ ਪਈ ਸੀ ਰਾਤੋ ਰਾਤ ਹੀ? ਰਾਤੋ ਰਾਤ ਹੀ, ਸਹੀ। ਇਹ ਕਨਫਰਮ ਨਹੀਂ ਵਿੱਚੋਂ ਮਤਲਬ ਦੇਗ ਹੈ ਸੀ? ਨਹੀਂ, ਇਹ ਨਹੀਂ ਪਤਾ, ਬਿਲਕੁਲ ਨਹੀਂ ਪਤਾ। ਸਹੀ, ਉਹ ਸੁਣਨ ਚਾਹੁੰਦਾ ਸੀ ਕਿ ਪਾਕਿਸਤਾਨ ਮਤਲਬ ਜਦੋਂ ਅਲੈਦਗੀ ਹੋਈ ਹੈ ਉਸ ਤੋਂ ਪਹਿਲੇ ਹੀ ਮਤਲਬ ਉਹਨਾਂ ਨੇ ਕੁਛ ਮਤਲਬ ਰੱਖਿਆ ਹੋਣਾ ਵਾ, ਫਿਰ ਉਹ ਮਤਲਬ ਸਾਰੀ ਗੱਲ ਹੋਈ ਤੇ ਪਿੰਡਾਂ ਦੇ ਵਿੱਚ ਉਹਨਾਂ ਅਕਸਰ ਐਸੀਆਂ ਚੀਜ਼ਾਂ ਰੱਖੀਆਂ ਨੇ ਜਿੱਥੇ ਜਿੱਥੇ ਉਹਨਾਂ ਨੂੰ ਪਤਾ ਸੀ, ਉਹ ਬਾਅਦ 'ਚ ਆ ਕੇ ਉਹ ਲੈ ਕੇ ਵੀ ਗਏ ਨੇ। ਸਹੀ, ਹਾਂ। ਤੇ ਹੁਣ ਵੀ ਲੋਕ ਆਉਂਦੇ ਨੇ ਇੱਥੇ ਆਪਣੇ? ਨਹੀਂ, ਹਿੰਦੂ ਸਿੱਖ ਵਗੈਰਾ ਤਾਂ ਕੋਈ ਵੀ ਨਹੀਂ ਆਉਂਦੇ, ਪਰ ਲੋਕ ਜਿਵੇਂ ਆਪਣੀ ਪੂਜਾ ਕਰਦੇ ਨੇ ਇੱਥੇ ਕਈ ਲੋਕ। ਅਸੀਂ ਹਾਲੇ ਵੀ ਤੇ ਨਹੀਂ ਹੈ, ਨਹੀਂ ਨਹੀਂ ਆਬਾਦ ਨਹੀਂ ਇੱਥੇ ਇਸ ਪਿੰਡ ਦੇ ਵਿੱਚ ਤੇ ਕੋਈ ਨਹੀਂ ਮਤਲਬ ਕੋਈ ਹਿੰਦੂ ਵਗੈਰਾ ਦੀ? ਨਹੀਂ ਨਹੀਂ, ਪਿੰਡ ਦੇ ਵਿੱਚ ਕੋਈ ਨਹੀਂ ਹੈ, ਅਲਹਮਦੁਲਿਲਾ ਇੱਥੇ ਸਾਰੇ ਮੁਸਲਮਾਨ ਹੀ ਨੇ, ਸਾਰੇ ਮੁਸਲਮਾਨ। ਠੀਕ ਹੈ, ਇਸ ਤੋਂ ਇਲਾਵਾ ਹੋਰ ਵੀ ਕੋਈ ਮੰਦਰ ਹੈ ਇਸ ਪਿੰਡ 'ਚ ਜਾਂ ਸਿਰਫ ਇੱਕ ਹੈ? ਦੋ ਮਾਤਾ ਰਾਣੀਆਂ ਸਨ, ਉਹ ਵੀ ਟੱਟ ਗਈਆਂ ਨੇ, ਹੁਣ ਹੀ ਉਹਨਾਂ ਢਾਈਆਂ ਨੇ। ਅੱਛਾ, ਇੱਕ ਤੇ ਇਮਾਮ ਬਾਰਗਾਹ ਦੇ ਕੋਲ ਸੀ, ਇੱਕ ਵਿੱਚ ਸੀ। ਸਹੀ, ਇਹ ਮਾਤਾ ਰਾਣੀਆਂ ਮਤਲਬ ਕਿਸ ਤਰ੍ਹਾਂ? ਇਸ ਤਰ੍ਹਾਂ ਹੀ ਕੋਈ ਮਤਲਬ? ਹਾਂ, ਐਸੇ ਹੀ ਉਹਨਾਂ ਗੁੰਬਦ ਜਿਹੇ ਬਣੇ ਹੁੰਦੇ ਨੇ ਤੇ ਉਹ ਉਹਨਾਂ ਢਾ ਕੇ ਛੱਡੇ ਨੇ, ਗੁਮਟੀਆਂ ਪਤਾ ਨਹੀਂ ਕੀ ਹੈ। ਹਾਂ, ਗੁਮਟੀਆਂ ਵਗੈਰਾ ਬਣੀ ਹੋਈ ਹੈ। ਅੱਛਾ, ਤੇ ਇਹਦੇ 'ਚ ਮਤਲਬ ਕੋਈ ਕਨਫਰਮ ਨਹੀਂ ਹੈ ਕਿ ਜਿਹੜਾ ਮਤਲਬ ਕੋਈ ਖਜ਼ਾਨਾ ਵਗੈਰਾ? ਨਹੀਂ, ਕੋਈ ਵੀ ਨਹੀਂ, ਕੋਈ ਕਨਫਰਮ। ਇੱਥੇ ਹੋਰ ਕੋਈ ਮੀਡੀਆ ਵਾਲੇ ਵੀ ਆਏ ਸਨ ਕਵਰੇਜ ਵਗੈਰਾ ਕਰਨ? ਨਹੀਂ ਨਹੀਂ, ਕੋਈ ਮੀਡੀਆ ਵਗੈਰਾ ਨਹੀਂ ਆਇਆ ਨਾ। ਅੱਛਾ, ਹਾਂਜੀ, ਸਹੀ। ਤੇ ਜਿਹੜੇ ਦੂਸਰੇ ਨੇ ਉੱਥੋਂ ਵੀ ਕੁਝ ਮਤਲਬ ਇਨਫੋਰਮੇਸ਼ਨ ਐਸੀ ਨਹੀਂ? ਨਾ, ਕੋਈ ਵੀ ਨਹੀਂ, ਐਸੀ ਕੋਈ ਵੀ ਨਹੀਂ ਹੈ। जी नाज़रीन, आपने सुनी गुफ्तगू। जो भाई हैं यहाँ पे, ये जिस जगह पर हम मौजूद हैं, जिस जगह पर ये मंदिर मौजूद है, तो ये इनके अंडर है। यहाँ पर ये ज़ेरे आब करते हैं, इनको ये मतलब ये ठेका वगैरह इनके पास है, मुजेरे हैं मतलब, ये उनकी जिनकी ज़मीन है ये वहाँ पर ड्यूटी देते हैं, यहाँ पे फसलें वगैरह लगाते हैं। और इनका कहना है कि खुदाई वगैरह तो हुई थी रातों रात ही, लेकिन अल्लाह बेहतर जानता है कि वो कुछ ख़जाना उनको मिला या नहीं मिला। खुदाई ज़रूर हुई थी, जिस तरह से इन्फॉर्मेशन मिली है कि 10 से 15 साल पहले का ये वाक़या है। यहाँ पर इंडिया से लोग आए रातों रात ही, मतलब यहाँ से ख़जाना जो है वो एक सोने की देग वगैरह जो है वो ये निकाल के ले गए थे। इसी तरह से मज़ीद इस बारे में आप क्या कहना चाहेंगे, अपनी राय कमेंट सेक्शन में ज़रूर दीजिएगा। और अगर आप हमारे चैनल पर न्यू हैं तो इसी तरह की मज़ीद न्यू इन्फॉर्मेशन के लिए चैनल को सब्सक्राइब कर दें, बेल आइकन को भी दबाएं ताकि आने वाली न्यू वीडियो बआसानी आप तक पहुंच सके। मिलते हैं नेक्स्ट वीडियो में, अपना ख्याल रखिएगा। अल्लाह हाफिज़।